ਅਸਲਾਮ ਵਾਲੇਕੁਮ ਦੋਸਤੋ, ਇਹ ਵੀਡੀਓ ਦਾ ਦੂਸਰਾ ਹਿੱਸਾ ਆ ਜਿਹੜਾ ਆਪਾਂ ਭਾਈ ਮੁਮਤਾਜ਼ ਸਾਹਿਬ ਕੋਲ ਗਏ ਸੀ ਲੋਧਰਾਂ। ਲੋਧਰਾਂ ਤੋਂ ਅੱਗੇ ਜਲਾਲਪੁਰ ਅਤੇ ਕੇਲੇਵਾਲ, ਗਿੱਲੇਵਾਲ ਉੱਥੇ ਜਨਾਬ ਇਹ ਵੀਡੀਓ ਦਾ ਕਲਿੱਪ ਵੀ ਤੁਹਾਡੇ ਨਾਲ ਕੱਲ੍ਹ ਵੈਸੇ ਮੈਂ ਸ਼ੇਅਰ ਕਰ ਚੁੱਕਿਆ, ਜਿਹਦੇ ਵਿੱਚ ਵੀਡੀਓ ਪਰਫੋਰਮੈਂਸ ਵੀਡੀਓ ਦਿਖਾਈ ਗਈ ਸੀ। ਅਤੇ ਲੇਕਿਨ ਇੱਕ ਜਿਹੜੇ ਮੇਰੇ ਵਲੋਗਿੰਗ ਵਾਲੇ ਬੇਲੀ ਆ ਜਿਨ੍ਹਾਂ ਨੇ ਟਰੈਕਟਰ ਜ਼ੂਮ 'ਤੇ ਵੀਡੀਓ ਨਹੀਂ ਦੇਖੀ ਹੋਣੀ, ਉਹਨਾਂ ਦੇ ਨਾਲ ਮੈਂ ਸ਼ੇਅਰ ਕਰਦਾ ਜਾਵਾਂਗਾ। ਛੋਟਾ ਜਿਹਾ ਸੀਨ ਤੁਹਾਨੂੰ ਦਿਖਾਉਂਦੇ ਹਾਂ ਜੀ। ਇਹ ਮੁਕਾਬਲਾ ਵੈਸੇ ਤਾਂ ਇਹਦੀ ਵੀਡੀਓ ਕੱਲ੍ਹ ਟਰੈਕਟਰ ਜ਼ੂਮ 'ਤੇ ਅਪਲੋਡ ਹੋ ਚੁੱਕੀ ਆ, ਲੇਕਿਨ ਕਿਉਂਕਿ ਮੇਰੇ ਵਲੋਗਿੰਗ ਮੋਬਾਈਲ ਨੇ ਵੀ ਇੱਕ ਵੀਡੀਓ ਸ਼ੂਟ ਕੀਤੀ ਹੋਈ ਸੀਗੀ, ਤਾਂ ਇਸ ਮੋਬਾਈਲ ਦੇ ਉੱਤੇ ਵੀ ਤੁਹਾਨੂੰ ਛੋਟੇ ਛੋਟੇ ਸੀਨ ਜਿਹੜੇ ਆ ਉਹ ਸ਼ੇਅਰ ਕਰ ਦਿੰਦੇ ਹਾਂ। ਇਹਨਾਂ ਤਿੰਨਾਂ ਟਰੈਕਟਰਾਂ ਦਾ ਛੋਟਾ ਜਿਹਾ ਮੁਕਾਬਲਾ ਵੀ ਕਰਾਉਂਦੇ ਹਾਂ, ਔਰ ਉਸ ਤੋਂ ਬਾਅਦ ਜਿਹੜਾ ਆ ਇੱਕ ਪ੍ਰੋਪਰ ਜਿਹੜੀ ਵਾਪਸੀ ਆ ਆਪਣੀ ਇੱਥੋਂ, ਔਰ ਇੱਥੇ ਇਹਨਾਂ ਦਾ ਰਿਵਿਊ ਕਿ ਕਿੰਨੇ ਟਾਈਮ 'ਚ ਚੱਕਰ ਲਿਆਉਂਦਾ, ਉਹ ਸਾਰਾ ਰਿਵਿਊ ਵੀ ਤੁਹਾਡੇ ਨਾਲ ਮੈਂ ਐਸੇ ਵਲੋਗ 'ਚ ਸ਼ੇਅਰ ਕਰ ਦਿਆਂਗਾ। ਕਿਉਂਕਿ ਟਰੈਕਟਰ ਜ਼ੂਮ 'ਤੇ ਸ਼ੇਅਰ ਨਹੀਂ ਸੀ ਕੀਤਾ, ਅਤੇ ਅਲੱਗ ਅਲੱਗ ਲੋਕ ਜਦੋਂ ਰਾਏ ਹੁੰਦੀ ਲੋਕਾਂ ਦੀ, ਤਾਂ ਫਿਰ ਉਹ ਰਾਏ ਮੈਂ ਅਗਰ ਟਰੈਕਟਰ ਜ਼ੂਮ 'ਤੇ ਸ਼ੇਅਰ ਕਰਦਾ ਹਾਂ ਤਾਂ ਫਿਰ ਉੱਥੇ ਲੋਕ ਕਈ ਜਿਹੜੇ ਆ ਉਹ ਫਿਰ ਮੰਦਾ ਚੰਗਾ ਬੋਲਦੇ ਆ, ਅਤੇ ਉੱਥੇ ਫਿਰ ਕਮੈਂਟ ਕਈ ਵਾਰ ਅਸੀਂ ਡਿਲੀਟ ਨਹੀਂ ਹੁੰਦੇ ਸਾਡੇ ਕੋਲੋਂ, ਅਤੇ ਫਿਰ ਲੋਕ ਮਹਿਸੂਸ ਕਰਦੇ ਨੇ ਸਾਡੇ ਦੋਸਤ ਅਹਿਬਾਬ। ਸੋ ਅਸੀਂ ਇਹਨੂੰ ਇਸ ਵੀਡੀਓ ਦੇ ਵਿੱਚ ਹੀ ਅਸੀਂ ਇਹਨਾਂ ਦੇ ਰਾਏ ਵੀ ਲਵਾਂਗੇ ਔਰ ਗੱਪਸ਼ੱਪ ਵੀ ਇਹਨਾਂ ਨਾਲ ਕਰਾਂਗੇ, ਲੇਕਿਨ ਪਹਿਲੇ ਕੁਛ ਝਲਕੀਆਂ ਤੁਸੀਂ ਦੇਖ ਲਓ। ਇਹ ਕੱਲ੍ਹ ਵਾਲੀ ਵੀਡੀਓ ਦਾ ਦੂਸਰਾ ਹਿੱਸਾ ਹੈ, ਵਲੌਗ ਆਪਣਾ ਇਹ ਅਲੱਗ ਹੋਏਗਾ। ਚੀਜ਼ ਫੜਾਓ ਬਈ, ਆਹ ਡੱਬਾ ਫੜਾ ਦਿਓ ਵਿਛਾ ਕੇ। ਡੱਬਾ ਤੇਰਾ ਮੈਂ ਦੇਖ ਹੈ, ਮੋਬਾਈਲ ਰੱਖ ਗਿਨੋ ਇਹ ਗਿਨੋ ਇਹ ਗਿਨੋ ਮੋਬਾਈਲ ਇਹ ਕਰਨ ਕੀ ਲੱਗੇ ਹੋ, ਇਹ ਵੀ ਦੱਸੋ ਵੇ। ਮੈਂ ਸਾਰੇ ਨੂੰ ਦੱਸ ਦਵਾਂ, ਟਰੈਕਟਰ ਪਾਉਣ ਲੱਗੇ ਸੀਗੇ ਭਾਈ ਦਾ, ਮੁਮਤਾਜ਼ ਦਾ। ਅਸੀਂ ਭਾਈ ਨੇ ਰਾਸ਼ਦ ਨੇ ਗੱਲ ਕੀਤੀ, ਉਹਨੇ ਕਿਹਾ ਵੀ ਟਰੈਕਟਰ ਜਿਹੜਾ ਪਹਿਲੇ ਜਾਂਦਾ ਉਹਨੂੰ ਵੀ ਫੇਵਰ ਹੁੰਦੀ ਆ। ਮੈਂ ਕਿਹਾ ਜੀ ਜੇ ਇਹ ਗੱਲ ਆ ਅਤੇ ਮੁਮਤਾਜ਼ ਦੇ ਕੋਲ ਅਸੀਂ ਮਹਿਮਾਨ, ਅਤੇ ਦੂਸਰੇ ਭਰਾ ਵੀ ਚਲੋ ਗੁਆਂਢੋਂ ਆਏ ਨੇ ਨਾ, ਹੈ ਤਾਂ ਉਹਨਾਂ ਕੋਲ ਵੀ ਅਸੀਂ ਮਹਿਮਾਨ, ਲੇਕਿਨ ਗੱਲ ਫਿਰ ਪੂਰੀ ਹੋਊਗੀ। ਮੈਂ ਕਿਹਾ ਮੈਂ ਪਾ ਦਿੰਦਾ ਪਰਚੀ, ਹੁਣ ਪਰਚੀ ਤਾਂ ਇੱਥੇ ਹੈ ਕੋਈ ਨਹੀਂ, ਵੀ ਜਿਹੜੇ ਟਰੈਕਟਰ ਦਾ ਪਹਿਲੇ ਨਿਕਲ ਆਉਂਦਾ ਉਹਦਾ ਨਸੀਬ, ਉਹਨੂੰ ਪਹਿਲੇ ਪਾ ਦੇਵੋ। ਕਿਉਂਕਿ ਦੇਖੋ ਆਪਾਂ ਕੋਈ ਬਹੁਤ ਵੱਡਾ ਕੋਈ ਮੁਕਾਬਲਾ ਤਾਂ ਹੈ ਨਹੀਂ ਜਿਹਦੇ ਵਿੱਚ ਹੁਣ ਇੱਕ ਵਾਰੀ ਪੇੜ ਬਣਾਈਏ ਅਤੇ ਉਹਦੇ ਵਿੱਚ ਹੀ ਇਹਨਾਂ ਨੂੰ ਰੱਖੀਏ, ਇਹਨਾਂ ਵਿੱਚ ਕੋਈ ਨਹੀਂ ਰਹਿਣਾ ਕਿਸੇ ਨੇ ਲੀਨ ਐਨ ਹੋਣਾ ਕਿਸੇ ਨੇ ਐਨ ਹੋਣਾ। ਸੋ ਬਿਹਤਰ ਇਹ ਹੈ ਕਿ ਮੈਂ ਇੱਥੇ ਨੰਬਰ ਲਿਖ ਦਿੰਦਾ, ਅੱਗੇ ਨਿਸ਼ਾਨ ਲਾ ਦਿੰਦਾ। ਠੀਕ ਹੈ ਮੁਮਤਾਜ਼, ਕੱਲ੍ਹ ਨੂੰ ਬੰਦੇ ਇਤਰਾਜ਼ ਨਾ ਕਰਨ, ਤੂੰ ਹਰੇ ਵੀ ਸਹੀ ਅਤੇ ਲੜ ਕੇ ਹਰੇ, ਜਿੱਤੇ ਵੀ ਸਹੀ ਅਤੇ ਲੜ ਕੇ। ਠੀਕ ਹੈ ਸ਼ੁਗਰ ਦੇ ਬਰਾਦਰਾਨਾ ਹੈ, ਓਕੇ ਕਰੋ, ਪਰਾਂ ਮੂੰਹ ਕਰੋ ਜੀ, ਪਰਾਂ ਨੂੰ ਕੈਮਰਾਮੈਨ ਉਹਨਾਂ ਨੂੰ ਮੂੰਹ ਰੱਖਣ, ਬਾਕੀ ਪਰਾਂ ਮੂੰਹ ਕਰ ਲਓ ਮਾਲਕ। ਨੰਬਰ ਵੀ ਦੱਸਣੇ ਆ ਵੀ ਕਿਹੜਾ ਕਿਹੜਾ ਕਿਹੜੇ ਡਾਇਰੈਕਟਰ ਦਾ ਨੰਬਰ ਆ, ਪਹਿਲਾਂ ਨੰਬਰ ਵੀ ਦੱਸੋ ਨਾ। ਮੈਂ ਦੱਸ ਦਿੰਦਾ, ਨੀਲਾ ਹੀ ਗੰਦਾ ਕੋਈ ਚਾਹ ਵੀ ਨਾਲ ਲੈ ਲੈ ਲਾਲਾ, ਚਾਹ ਵੀ ਦੇਵੇ ਨਾ ਲਾਲਾ, ਜੇ ਵੀ ਗੱਤੀ ਖੜਾ ਯਾਰ, ਚਾਹ ਵੀ ਮੈਂ ਲੱਭਣ ਦਿਆਂ ਬੜੀ ਦੇਰ। ਆ ਲਓ ਜੀ ਇੱਧਰ ਆ ਜਾਓ, ਆਹ ਤਿੰਨ ਲੀਕਾਂ ਨੇ ਜੀ, ਇਹਨਾਂ ਵਿੱਚੋਂ ਤਿੰਨਾਂ ਲੀਕਾਂ ਦੇ ਵਿੱਚੋਂ ਇੱਕ ਬੰਦਾ ਬਾਹਰ ਦਾ ਆ ਕੇ ਜਿਹੜਾ ਮਰਜ਼ੀ ਨਿਸ਼ਾਨ ਦੇ ਉੱਤੇ ਹੱਥ ਰੱਖ, ਇੱਕ ਨੰਬਰ ਦੱਸ ਦੇਵੇ, ਨੰਬਰ ਦੱਸੋ 1, 2, 3 ਜਿਹੜੇ ਤੇ ਮਰਜ਼ੀ ਰੱਖ ਦਿਓ ਨਿਸ਼ਾਨ। ਪਹਿਲਾ ਨੰਬਰ ਕਿਹਦਾ, ਦੂਸਰਾ ਕਿਹਦਾ, ਤੀਸਰਾ ਕਿਹਦਾ, ਐਵੇਂ ਕਿਵੇਂ ਪਤਾ ਲੱਗੇਗਾ ਯਾਰ? ਜਿਹੜਾ ਪਹਿਲੇ ਉਹ ਬਾਅਦ ਦੀ ਗੱਲ ਦੇਣਾ, ਪਹਿਲੇ ਨਿਸ਼ਾਨ ਤੇ ਪੈਰ ਆ ਇੱਕ ਜਣਾ, ਇੱਕ ਪਹਿਲੇ ਤੇ ਰੱਖ ਦੇਵੇ, ਦੂਜਾ ਦੂਜੇ ਤੇ ਰੱਖ। ਆ ਉਹ ਰਾਂ ਲੀਕ ਦੱਸ ਕਿਹੜੀ, ਪੰਜ ਇੱਕ ਲਕੀਰ ਦੇ ਉੱਤੇ ਹੱਥ ਰੱਖ, ਇੱਕ ਲਕੀਰ ਦੇ ਹੱਥ ਰੱਖ, ਹੱਥ ਰੱਖ ਮੇਰੇ, ਇੱਕ ਲਕੀਰ ਮੇਰੇ, ਇੱਕ ਮਲ ਗਿਆ, ਚੱਲ ਪਹਿਲੇ ਇੱਕ ਜਣਾ, ਇੱਕ ਮਿੰਟ ਜੀ, ਚੱਲ ਬਈ ਤੂੰ ਦੂਸਰਾ ਨਜਫ, ਤੂੰ ਰੱਖ ਕਿਹੜੇ ਤੇ ਰੱਖਦਾ ਤੂੰ, ਇੱਧਰ ਤੇ ਰੱਖਦਾ। ਇਹ ਜਨਾਬ ਪਹਿਲਾ 375 ਆਇਆ ਜਨਾਬ ਹਾਈ ਸਾਹਿਬ ਦਾ,
ਅੱਛਾ ਦੂਜਾ ਆਇਆ ਮੁਮਤਾਜ਼ ਦਾ ਠੀਕ ਹੋ ਗਿਆ ਤੇ ਤੀਸਰਾ 640 ਆਇਆ ਐਂਡ ਤੇ ਮਰਤਾ ਗਏ ਮਰਤਾ ਗਏ ਲੋ ਜੀ ਗੱਲ ਆ ਲੋ ਮੋਬਾਈਲ ਤੇ ਇਹ ਡੱਬਾ ਫੜੋ ਜੀ ਕਿਹਦਾ ਮੋਬਾਈਲ ਹੈ ਚਲੋ ਜੀ ਆਓ ਜੀ ਭਾਈ ਸਾਡਾ ਆ ਗਿਆ ਮੈਨੂੰ ਉਮੀਦ ਵੇ ਤੈਨੂੰ ਥਾ ਪਈ ਹੋਦੀ ਟਾਪ ਲਿੰਕ ਵਾਲਾ ਹਿੱਸਾ ਹਾਂ ਲੋ ਭਾਈ ਜਾਨ ਪਹਿਲਾ ਟਰੈਕਟਰ ਬਣਾ ਭਾਈ ਜੀ ਬਹੁਤ ਮੈਂ ਮੈਂ ਅੰਦਰ ਰਸ਼ੀਦ ਸਾਹਿਬ ਤੋਂ ਨਾਲ ਅੰਦਰ ਬੈਠ ਕੇ ਟੈਂਸ਼ਨ ਤੇ ਮੈਂ ਟਾਈਮ ਪਾਸ ਕਰ ਰਿਹਾ ਹਾਂ ਅੱਛਾ ਕਰੀ ਉਸ ਹੈਲਪ ਦੇ ਤੇ ਸਿੱਧਾ ਕਰ ਕੇ ਨਾ ਸਿੱਧਾ ਕਰ ਕੇ ਨਾ ਸਿੱਧਾ ਕਰ ਲੋ ਆਹ
Check.
ਦੋਸਤੋ ਕੈਸਾ ਰਿਹਾ ਕੰਪੀਟੀਸ਼ਨ ਕਮੈਂਟ ਕਰਕੇ ਜ਼ਰੂਰ ਰਾਏ ਦੇਣੀ ਆ ਸਾਡੇ ਕੋਲ। ਇਸ ਇਲਾਕੇ 'ਚ ਬਹੁਤ ਗਰਮੀ ਹੈ, ਹੁਣ ਸਾਨੂੰ ਪਤਾ ਲੱਗਾ ਏਸੀਆਂ 'ਤੇ ਸੌਣ ਦਾ ਮਤਲਬ ਕੀ ਹੁੰਦਾ, ਹਾਲਾਤ ਬੜੇ ਸੰਗੀਨ ਹੋ ਗਏ ਨੇ। ਮਕਾ ਮਮਤਾਜ਼ ਭਾਈ ਵਲਾ ਅਸਾਂ ਜੁਲਨੇ ਆ ਜੀ, ਅੱਛੀ ਕੋ ਮੋਟਰਸਾਈਕਲ ਜੁਲੋ ਜੁਲੋ ਭਾਈ ਜੁਲੋ, ਗਰਮੀ ਬਹੁਤ ਹੈ ਯਾਰ। ਚਲ ਸਾਹਿਬ ਕੁਛ ਨਾ ਪੁੱਛੋ, ਹੁਣ ਕੀ ਮਰਨੀ ਹੈ, ਹੁਣ ਮਾਰ ਦੇ ਚਲਾ ਹੁਣ ਸਕੂਟਰ, ਹੁਣ ਮਰਨੀ ਹੈ, ਹੁਣ ਆਈ ਵਧੀ ਹੈ ਮੁਲਤਾਨ ਆਈ ਵਧੀ ਹੈ ਤੇ ਹੁਣ ਮਰਨੀ ਵਧੀ ਹੈ ਗਰਮੀ ਵਿੱਚ, ਚਲਾ ਸਕੂਟਰ ਚਲਾ। ਇਹ ਸਰੈਕੀ ਵਲੌਗ ਆ ਰਸ਼ ਦੇ, ਵਾਰ ਵਾਰ ਮੈਂ ਤੈਨੂੰ ਕਹੀ ਜਾਣਾ ਮੈਂ ਐਡਿਟ ਕਰਨਾ, ਮੈਨੂੰ ਔਖਾ ਹੋ ਜਾਣਾ। ਕਿਉਂ ਜੀ ਮੁਮਤਾਜ਼ ਬਾਈ, ਹੁਣ ਮੈਨੂੰ ਇਹ ਦੱਸੋ, ਆਸਫ ਬਾਈ ਬੈਠੇ ਸਾਰੇ ਬਰਾ ਬੈਠੇ ਹੋ, ਬਲਾ ਮੇ ਕੁੱਡਾ ਸਾਹ ਐਫ ਦੋ ਜੀ,
ਤੇ ਮੈਂ ਇੱਕ ਇੱਕ ਪੁੱਛਣਾ ਹੈ ਵੀ ਆਪਣਾ ਸਟੈਂਡ ਟਾਈਮ ਜਿਹੜਾ ਇਹ ਸਟਾਰਟ ਕਰਨ ਦੇ ਵਿੱਚ ਸਟੈਂਡ ਟਾਈਮ ਜਿਹੜਾ ਹੈ ਰਾਸ਼ਦ ਮੈਂ ਤੇ ਕੋਈ ਗਰਾ ਪੁੱਛਣਾ ਹੈ ਇਹ ਦੱਸੋ ਜੀ ਪਹਿਲਾ ਸਵਾਲ ਉਹ ਸੀ ਚਲੋ ਮੁਮਤਾਜ਼ ਬਾਈ ਨੂੰ ਮੁਮਤਾਜ਼ ਬਾਈ ਨੂੰ ਪੁੱਛੋ ਮੁਮਤਾਜ਼ ਬਾਈ ਸਟੈਂਡ ਟਾਈਮ ਪੰਪ ਜਿਹੜਾ ਇਹ ਬੜਾ ਢੇਰ ਚੰਗਾ ਮਾਰਕੀਟ ਨਹੀਂ ਹੈ ਮੈਨੂੰ ਇਹ ਦੱਸੋ ਕਿ ਇਹਦੀ ਗੜੀ 'ਚ ਫਰਕ ਆਇਆ ਹੈ ਜਾਂ ਕਿੱਥੇ ਫਰਕ ਆਇਆ ਹੈ ਵੀ ਜਿਹੜਾ ਇਤਨਾ ਨਵਾਂ ਟਰੈਕਟਰ ਤਿੱਖਾ ਟਰੈਕਟਰ ਤੁਹਾਡੇ ਤੋਂ ਵੱਧ ਨਹੀਂ ਸਕਿਆ ਅਤੇ ਨਾ ਘੱਟ ਸਕਿਆ ਇਹ ਪੂਰਾ ਜਾਂ ਅੱਧੇ ਸੈਕਿੰਡ ਦਾ ਫਰਕ ਆਇਆ ਸਿਰਫ ਅੱਧਾ ਸੈਕਿੰਡ ਪੁਆਇੰਟ 30 ਸੈਕਿੰਡ ਪੂਰੇ ਸੀਗੇ ਪਿਛਲੇ ਪੁਆਇੰਟ ਜਿਹੜੇ ਚੱਲਦੇ ਨੇ ਨਾ ਪੂਰਾ ਪੁਆਇੰਟਾਂ 'ਚ ਸਿਰਫ ਫਰਕ ਆਇਆ ਅੱਛਾ ਹੱਕ ਸਾਂਝੀ ਗੱਲ ਕਰਦੇ ਹੋ ਤੁਸੀਂ ਕੀ ਵਜ੍ਹਾ ਸਮਝਦੇ ਅੱਛਾ ਭਾਈ ਗੱਲ ਇਹ ਇੱਕ ਤਾਂ ਉਹ ਪਹਿਲੇ ਉਹਨੇ ਰੇਸ ਪੂਰੀ ਕਰਨੀ ਸੀ ਨਿਕਲ ਗਈ ਉਹਨੇ ਪੂਰੀ ਫੁੱਲ ਰੇਸ ਕਰਨੀ ਮੈਂ ਫੁੱਲ ਰੇਸ ਦਬਾ ਦਿੱਤੀ ਹੈ ਟੈਰ ਟਰੈਕ ਲੋ ਵੀ ਤਾਂ ਚੌਥਾ ਲਾਇਆ ਸੀ ਹਾਂ ਸ਼ੁਰੂ ਦੇ ਵਿੱਚ ਨਾ ਮੈਂ ਤੀਜਾ ਲੋ ਚੌਥਾ ਲੋ ਨਾ ਮੈਂ ਤੀਜਾ ਲੋ ਕਰ ਲਿਆ ਕੋਈ ਸਫ਼ਾ ਮੈਂ ਤੀਜਾ ਲੋ ਕਰ ਲਿਆ ਦੂਜਾ ਲਾ ਮੈਂ ਮੰਡ ਤੇ ਰੱਖੇ ਟਰੈਕਟਰ ਮੇਰਾ ਟਰੈਕਟਰ ਨੀਚੇ ਲੱਗਾ ਆ ਗਿਆ ਇੱਥਾਂ ਹੁਣ ਸਾਰੀ ਨਿਸਬਤ ਤੁਸਾਂ ਬਾਤ ਹੋ ਗਈ ਜਾਂਦੇ ਨੇ ਡੀਜ਼ਲ ਪੰਪ ਦੇ ਨਾਲ ਮੈਨੂੰ ਕੀ ਲੱਗਦਾ ਜੀ ਤੁਹਾਡਾ ਟਰੈਕਟਰ ਦੇ ਬਰਾਬਰ ਕਿਉਂ ਆਇਆ ਤੁਹਾਡਾ ਟਰੈਕਟਰ ਤਾਂ ਚੰਗਾ ਤਕੜਾ ਸੀ ਇਹ ਤੁਹਾਡੇ ਬਰਾਬਰ ਕਿਉਂ ਪਹੁੰਚਿਆ ਇਹਨੂੰ ਹਰਨਾ ਚਾਹੀਦਾ ਸੀ ਤੇ ਲਾਇਆ ਵੀ ਦੂਜਾ ਗੇੜਾ ਤੁਹਾਡੇ ਤੋਂ ਬਾਅਦ ਜ਼ਿਆਦਾ ਮਿੱਟੀ ਚਲਾਇਆ ਆਪਣਾ ਚਲਾ ਕੇ ਦੱਸ ਬਸ ਕਰ ਡਿਸਕ ਦਾ ਤਵਾ ਦਾ ਪਿੱਛਾ ਉੱਠਾ ਹੀ ਹੈ ਨਾ ਟਰੈਕਟਰ ਦਾ ਹੱਟ ਵਾਂਗੇ ਟਰੈਕਟਰ ਸਹੀ ਹੱਟ ਗਿਆ ਤੇ ਟਰੈਕਟਰ ਪੱਕੀ ਥਾਂ ਤੇ ਆ ਗਿਆ ਨਾ ਬੰਦੇ ਨਵੀਂ ਗਰਮ ਭਰੇ ਦੀਆਂ ਥੋੜਾ ਜਿਹਾ ਦੋ ਚਾਹੇ ਬਾਹਰ ਲਾ ਕੇ ਟਰੈਕਟਰ ਤਾਂ ਸਹੀ ਸੁੱਕੀ ਥਾਂ ਤੇ ਆ ਗਿਆ ਇਹ ਦੇ ਰੱਖੀ ਟਰੈਕਟਰ ਨੂੰ ਸੁੱਕੀ ਸੁੱਕੀ ਥਾਂ ਦਿੱਤੀ ਰੱਖੀ ਕਿਸੇ ਨੇ ਮੈਂ ਕਾਲੀ ਕਰੀ ਹੈ ਜਾਂ ਨਹੀਂ ਜਾਂ ਜੋ ਹੈ ਜੋ ਸੀ ਵੀ ਚੱਲੇ ਟਰੈਕਟਰ ਨੂੰ ਠੀਕ ਹੈ ਨਹੀਂ ਨਹੀਂ ਦੁੱਖ ਹੈ ਜੋ ਮੈਂ ਕਾਲੀ ਕਰੀ ਡਰੇਵਰ ਹੋ ਗਿਆ ਇੱਕੋ ਉਹ ਰਾਸ਼ਦ ਵਿੱਚ ਚਲਾਉਣਾ ਤੇ ਟਰੈਕਟਰ ਇੱਕ ਲੈਂਡ ਕਰਾ ਕੇ ਨਾ ਮੈਂ ਜੇ ਤੁਸੀਂ ਧੂਆਂ ਨਾ ਕੱਢੇ ਨਾ ਤਾਂ ਤੁਸੀਂ ਲੀਵਾ ਕੁਆਤ ਨਹੀਂ ਕਹਿੰਦੇ ਹਕੀਕਤ ਗੱਲ ਮੈਂ ਆਪਣੇ ਹੱਲ ਰਹੇ ਨਾ ਜੇ ਤੁਸੀਂ ਟਰੈਕਟਰ ਅਗਰ ਸਿਲੰਡਰ ਦੇ ਧੂਆਂ ਨਾ ਕਢੇਂਦਾ ਤਾਂ ਉਹਨੂੰ ਟਿਕੋ ਰਿਲੀਵਰ ਕਹਿ ਨਹੀਂ ਰੱਖੇਂਦਾ ਹਾਂ ਕਹਿ ਨਹੀਂ ਰੱਖੇਂਦਾ ਕੋਈ ਮੰਡ ਧੂਆਂ ਛਾਂ ਨੇ ਮੈਸੇ ਹਾਂ ਮੈਂ ਵੀ ਛਾਂ ਨੇ ਭਾਈ ਜਾਨ ਟੋਰਾ ਟੋਰਾ ਟੋਰੇ ਦਾ ਫਰਕ ਹੈ ਜੇ ਭਾਈ 6 ਫੀਟ ਤੇ ਮੈਸੇ ਦੇ ਟੋਰੇ 640 ਤੇ 75 ਤੇ ਟੋਰੇ ਦਾ ਫਰਕ ਹੈ ਪਿਨੀਅਨ ਕੜੇ ਦਾ ਫਰਕ ਹੈ ਸੁਣੋ ਸੁਣੋ ਨਹੀਂ ਪਿਨੀਅਨ ਕੜੇ ਦਾ ਕੋਈ ਫਰਕ ਨਹੀਂ ਕਿਉਂ ਸਾਡੇ 18 ਨੂੰ ਤੇਰੀ ਦਾ 16 ਦਾ ਤੇ ਸਾਡੇ ਟਰੈਕਟਰ ਬਹਿ ਬਹਿ ਕੇ ਤੋੜ ਪਹੁੰਚਿਆ ਹਾਂ ਇਹਦਾ ਟਰੈਕਟਰ ਤਾਂ ਪੂਰੀ
ਪੂਰੀ ਹੀ ਬੇਜ ਜਿਸ ਕੇ ਨਹੀਂ ਨਾ ਇਹਨਾਂ ਬੇਟਾ ਤਾਂ ਕਹਿ ਨਹੀਂ ਸਲਿਪ ਮਰੇ ਦਾ ਰਾਇ ਬਾਕਰਾ ਮੈਂ ਜਾਂ ਫੇਰ ਕਹਿੰਦਾ ਬੂਟਾ ਕਾਰਾ ਕਰਦਾ ਬੂਟਾ ਕਾਰਾ ਕਰਦਾ ਲਿਓ ਜੀ ਕੀ ਹੋ ਗਿਆ ਸੋਲੋ ਤੇ ਤੁਹਾਡੇ ਕਿਹਨੇ ਕੀ ਆਂਦੇ ਹੋ ਲੰਮਿਆਂ ਜਿੱਦਾਂ ਉਹਨਾਂ ਗੱਲ ਕੀਤੀ ਲੰਮੀ ਗੱਲ ਕਰਨੀ ਆ ਮੈਂ ਅੱਲਾ ਜਾਣਦਾ ਰਾਸ਼ਦ ਮੈਂ ਘਬੜੀ ਜਾਣਾ ਮੈਂ ਇਹਦੇ ਉੱਤੇ ਇਹਦੇ 'ਤੇ ਲਿਖਣਾ ਸਰੈਕੀ ਵਲੌਗ ਚੱਲ ਬੰਦਾ ਬਣ ਕੇ ਗੱਲ ਕਰ ਬਲਾ ਸਾਇੰਟਿਸਟ ਆ ਉਹ ਤੁਹਾਨੂੰ ਕਿਆ ਫਰਕ ਲੱਗਾ ਮੇਰੇ ਕੋ ਕੋਈ ਫਰਕ ਨਹੀਂ ਲੱਗਾ ਹਾਂ ਮੇਰੇ ਕੋ ਇਹ ਲੱਗਾ ਵੀ ਬਾਬੇ ਉਹਨਾਂ ਨੇ ਰੇਸ ਥੋੜੀ ਦਿੱਤੀ ਬਸ ਹਾਂ ਉਹਨਾਂ ਨੇ ਨਹੀਂ ਉਹਨਾਂ ਨੇ ਪੈਰ ਮੰਡ ਕੇ ਨਹੀਂ ਰੱਖਾ ਬਸ ਮੇਰੇ ਕੋ ਇਹ ਫਰਕ ਲੱਗਾ ਕਿਹ ਨਹੀਂ ਰੱਖਾ ਪੈਰ ਨਹੀਂ ਮੰਡ ਕੇ ਰੱਖਾ ਲੱਤ ਵੀ ਇਧਰੋਂ ਨਾਲ ਮਾਰਦਾ ਅੱਛਾ ਵੀ ਆ ਕੋਈ ਨਹੀਂ ਫਾਲਟ ਵੀ ਆ ਕੋਈ ਫਾਲਟ ਹੈ ਟਰੈਕਟਰ ਸਟੈਂਡਰਡਾਈਨ ਪੰਪ ਵਾਲਾ ਤਗੜਾ ਡਾਡਾ ਹੈ ਡਾਡਾ ਹੈ ਅੱਛਾ ਉਹ ਟਰੈਕਟਰ ਡਾਡਾ ਹੈ ਵੀ ਆ ਕੋਈ ਫਾਲਟ ਨਹੀਂ ਵੀ ਆ ਕੋਈ ਫਾਲਟ ਠੀਕ ਹੈ ਜੀ ਵਲਾ ਵਲਾ ਵੀ ਆ ਕੀ ਵੀ ਆ ਕੀ ਸ਼ਰਕੀ ਦਾਸ ਅੱਖਾਂ ਲੋ ਅੱਛਾ ਚਲੋ ਜੀ ਆਖੋ ਜੀ ਮੈਂ ਇਹਨਾਂ ਨੂੰ ਫਾਲਟ ਸੁਣ ਲਿਆ ਮੈਂ ਇਹਨਾਂ ਨੂੰ ਇਹ ਫਾਲਟ ਕੱਢਿਆ ਮੈਂ ਕਿਹਾ ਜਿਹੜਾ ਸਟੈਂਡਰਡਾਈਨ ਪੰਪ ਸੀ ਉਹ ਟਰੈਕਟਰ ਤਕੜਾ ਸੀ ਲੇਕਿਨ ਡੈਲਫੀ ਨਾਲੋਂ ਲੇਕਿਨ ਉਹਦਾ ਟਾਇਰ ਸੀਗੇ ਜਰਨਲ ਦੇ ਇਹਨਾਂ ਕੋਲ ਟਾਇਰ ਸੀ ਲਾਸਾ ਦੇ ਇਹਨਾਂ ਦੇ ਟਾਇਰ ਜਿਹੜਾ ਆ ਉਹਦੀ ਗੁੱਡੀ ਦਾ ਡਿਜ਼ਾਇਨ ਔਰ ਟਾਇਰ ਦਾ ਵਜ਼ਨ ਇੰਨਾ ਅੱਛਾ ਆ ਟਾਇਰ ਚੱਲਦੇ ਆ ਟਰੈਕਟਰ 'ਤੇ ਜਿਹੜਾ ਨਾ ਕਹਿੰਦੇ ਹੁੰਦੇ ਨਾ ਮੱਟ ਸੱਟ ਟਰੈਕਟਰ ਦੀ ਖੜੋਣੀ ਬਹਿਣੀ ਉੱਠਣੀ ਉਹ ਹੀ ਦੱਸ ਦਿੰਦੀ ਹੈ ਉਹ ਟਰੈਕਟਰ ਦੇ ਟਾਇਰ ਇਹਦੇ ਜਿਹੜੇ ਸੀ ਇਹਨਾਂ ਨੂੰ ਫੇਵਰ ਕਰ ਗਏ ਰਾਸ਼ਦ ਸਾਹਿਬ ਜੇਕਰ ਇੰਨਾ ਬਾਈ ਹੋਰਾਂ ਜੇਕਰ ਚੌਥਾ ਲੋ ਲਾ ਕੇ ਜਿੱਥੇ ਤੱਕ ਇਹਨਾਂ ਨੇ ਪਹਿਲਾ ਹਾਈ ਕੀਤਾ ਆ 5 ਸੈਕਿੰਡ ਜ਼ਾਇਆ ਕੀਤੇ ਨਾ ਅਤੇ ਉੱਥਾਂ ਬਾਈ ਹੋਰਾਂ ਹੀ ਤਾਂ ਉੱਥਾਂ ਹੀ ਜਾ ਕੇ ਰੇਸ ਪੂਰੀ ਕਰ ਕੀਤੀ ਹੈ ਨਾ ਆਪਣੀ ਉੱਥਾਂ ਹੀ ਤਾਂ ਉਹ ਕੰਮ ਪੂਰਾ ਹੋ ਗਿਆ ਬਰਾਬਰ ਹੋ ਗਿਆ ਫਰਕ ਤਾਂ ਅੱਗਾਂ ਪਵੇ ਆ ਜਿਹੜਾ ਪਵੇ ਆ ਨਹੀਂ ਖਿੱਚਿਆ ਹੋਣਾ ਬੜਾ ਮੰਡਿਆ ਸਾਈ ਵਲਾ ਮੈਂ ਤੁਹਾਨੂੰ ਆਉਂਦਾ ਪਿਆ ਬੜਾ ਬਿੰਬਾ ਬਿੰਬਿਆ ਉਹਨਾਂ ਨੇ ਪੂਰਾ ਮੋੜ ਕੀ ਮੋੜ ਕੀ ਮੋੜ ਕੀ ਦੂਏ ਤਰ੍ਹਾਂ ਬੋਲ ਕਿੱਦਾਂ ਲਓ ਜਨਾਬ ਲੰਚ ਟਾਈਮ ਹੋ ਗਿਆ ਸਾਡਾ ਸਾਈ ਡਾਕਟਰ ਆਦਾ ਲੈ ਬਈ ਐ ਰਾਸ਼ਦ ਮਾਸ਼ਾਅੱਲਾ ਤੇਰੇ ਵਾਸਤੇ ਤੰਦੂਰ ਦੀ ਤੱਤੀ ਰੱਤੀ ਰੋਟੀ ਲੱਗ ਕੇ ਆ ਗਈ ਹੈ ਹੈਂ ਅਗਲਾ ਤੁਸੀਂ ਕੀ ਆਉਂਦੇ ਹੋ ਸਾਈਂ ਮਜ਼ਾ ਆ ਗਿਆ ਯਾਰ ਯਾਰ ਆਸਮ ਸ਼ਾਰਟਕੱਟ ਜਿਹਾ ਦੱਸਿਆ ਯਾਰ ਉਹਨੂੰ ਖੁਦਾ ਦੇ ਬੰਦਿਆ ਉਹ ਕੋਈ ਬੋਲ ਨਹੀਂ ਹੁੰਦਾ ਘੰਟਾ ਸੋਚਦਾ ਵੀ ਬੜਾ ਆਪੋ ਯਾਰ ਸਰੈਕੀ ਵਾਲਾ ਕੰਮ ਖਰਾਬ ਕਿਉਂ ਬਈ ਨਜਫ ਨਜਫ ਨਾਮ ਆ ਨਾ ਨਜਫ ਬਾਈ ਇਹ ਤਾਂ ਤੁਸੀਂ ਸਾਰਾ ਘਰੇ ਸਾਰਾ ਜਿਹੜਾ ਹੈ ਉਹ ਪਰੇਸ਼ਾਨ ਕਰ ਦਿੱਤਾ ਬੀਬੀਆਂ ਨੂੰ ਸਾਰਾ ਖਾਣਾ ਬਣਾਉਣ 'ਤੇ ਲਾ ਦਿੱਤਾ ਹੈ ਸੈਂਕਲਾ ਚਾਹ ਵਾ ਨਾ ਸਾਈਂ ਤੁਸੀਂ ਜਿਹੜਾ ਹੈ ਉਹ ਕੀ ਫਰਮਾਉਂਦੇ ਹੋ ਰੋਟੀ ਖਾਣੇ ਰੋਟੀ ਖਾਣੇ ਇਹਦੀ ਸਾਈਂ ਮਦਦ ਦਿੰਦੀ ਪਈ ਹੈ ਇਹ ਪਕੜੋ ਇਹ ਤਾਂ ਖਾਣੇ ਵਾਲ ਰੱਖ ਰਹੇ ਸੀ ਖਾਣੇ ਵਾਲ ਤੁਸਾਂ ਨਾਲ ਬਾਤ ਜੇ ਬਿਹਾੜੀ ਖਾਣੇ ਵਾਲ ਕੀ ਤੁਹਾਨੂੰ ਸੀ ਇੱਕ ਉਹ ਮੇਤਲੇ ਵਿੱਚ ਸੁਪਰ ਚੋਕ ਮੇਤਲੇ ਵਿੱਚ ਸੀ ਭਾਈ ਮੈਂ ਚੈੱਕ ਕਰ ਇਹ ਮੈਂ ਨਾ ਤੇ ਦੁਨੀਆ ਕੋ ਜਾਣ ਕੋ ਤੇ ਆਪਣੀ ਜਹਾਨੀਆ ਖਾਣੇ ਵਾਲ ਕਿੰਨਾ ਸਫਰ ਕਰਦਾ ਰਿਹਾ
ਤੈਨੂੰ ਨਾ ਹੁਣ ਕਿਸੇ ਦਿਨ ਜਦੋਂ ਹੁਣ ਆਏ ਨਾ ਗੇਲੇਵਾਲ ਤੋਂ ਖੇਡਣਾ ਆਇਆ ਮੈਂ ਹੁਣ ਤੂੰ ਉੱਥੇ ਸਰੈਕੀ ਕੋਈ ਨੀ ਸੁਣਾਈ ਰਾਹ ਦੇ ਵਿੱਚ ਆਪਾਂ ਸਰੈਕੀ ਦੋਵਾਂ ਨੇ ਬੋਲਣੀ ਮੈਂ ਦੱਸ ਦਿੱਤੀ ਜੀ ਆ ਦੇਖੋ ਦੋਸਤੋ ਦੇਖੋ ਕੈਸਾ ਇਲਾਕਾ ਹੈ ਦੇਖੋ ਕਿਆ ਕਿਆ ਇਲਾਕੇ ਨੇ ਇਹ ਜਲਾਲਪੁਰ ਦਾ ਇਲਾਕਾ ਸਹੀ ਵਾਪਸੀ ਅਸੀਂ ਪਹੁੰਚ ਚੁੱਕੇ ਸੀਗੇ ਮੈਲਸੀ ਦੇ ਤਕਰੀਬਨ ਕਰੀਬ ਕਰੀਬ ਲੋਧਨਾ ਕ੍ਰਾਸ ਕਰ ਗਏ ਸੀ ਗਰੁੱਪ ਦੇ ਵਿੱਚ ਵੀਡੀਓ ਦੇਖੀ ਭਾਅ ਜੀ ਉਹਨਾਂ ਦੀ ਆਈ ਹੋਈ ਸੀਗੀ ਹਾਈ ਸਾਹਿਬ ਦੀ ਵੀ ਚਾਂਸ ਤਾਰੜ ਸਾਹਿਬ ਉੱਥੇ ਗਏ ਬੈਠੇ ਨੇ ਬਾਬਲਪੁਰ ਤੋਂ ਵੀ ਅੱਗੇ ਕਿਹੜਾ ਇਲਾਕਾ ਸੀਗਾ ਕੇਲੇਵਾਲ ਨੂਰਪੁਰ ਦੇ ਇਲਾਕੇ 'ਚ ਉਹ ਕਹਿੰਦੇ ਵੀ ਯਾਰ ਵੀਡੀਓ ਆਈ ਉਹਨਾਂ ਨੇ ਕਿਹਾ ਵੀ ਸੰਧੂ ਸਾਹਿਬ ਵੀ ਤੁਸੀਂ ਜਨਾਬ ਬੜੀ ਤਾਰੀਫ ਕਰਦੇ ਹੋ ਟਰੈਕਟਰਾਂ ਦੀ ਪਾਕਿਸਤਾਨੀਆਂ ਦੀ ਆ ਜਾਓ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਮੇਰੇ ਕੋਲ ਖੜੇ ਨੇ ਮੈਂ ਕਿਹਾ ਜੀ ਮਸਲਾ ਹੀ ਕੋਈ ਨਹੀਂ ਮੈਂ ਰਾਸ਼ਦ ਨੂੰ ਕਿਹਾ ਵੀ ਮਾਰ ਕੇ ਜ਼ਰਾ ਕੈਲਕੂਲੇਸ਼ਨ ਕਿੰਨਾ ਕੁ ਸਫ਼ਰ ਆ ਇੱਥੋਂ ਰਾਸ਼ਦ ਕਹਿੰਦਾ ਵੀ 55 ਕਿਲੋਮੀਟਰ ਦੇ ਉੱਤੇ ਥੱਲੇ 60 ਕਿਲੋਮੀਟਰ ਬਣਦਾ ਮੈਂ ਕਿਹਾ ਮੋੜ ਰੱਖ ਅਸੀਂ ਜਨਾਬ ਗੱਡੀ ਖਿੱਚ ਰੱਖੀ ਹੈ ਹੁਣ ਅਸੀਂ ਜਨਾਬ ਉੱਥੋਂ ਮੈਲਸੀ ਤੋਂ ਥੋੜ੍ਹੇ ਜਿਹਾ ਪਿੱਛੇ ਸੀਗੇ ਉੱਥੋਂ ਨਿਕਲ ਪਏ ਵਾਪਸ ਹੁਣ ਬਾਬਲਪੁਰ ਆਪਣਾ ਪਹੁੰਚ ਚੱਲੇ ਹਾਂ ਨਾ ਕ੍ਰਾਸ ਕਰ ਚੱਲੇ ਹਾਂ ਅਤੇ ਬਾਬਲਪੁਰ ਤੋਂ ਅੱਗੇ ਉਹ ਜਗ੍ਹਾ ਆ ਜਨਾਬ ਉਹ ਜਿਹੜੀ ਉਹ ਦੱਸ ਰਹੇ ਨੇ ਨੂਰਪੁਰ ਉੱਥੇ ਤਾਰਣ ਸਾਹਿਬ ਵੀ ਬੈਠੇ ਨੇ ਅਤੇ ਉੱਥੇ ਹਾਈ ਸਾਹਿਬ ਜਿਹਨਾਂ ਨੇ ਵੀਡੀਓ ਪਾਈ ਮੈਂ ਵੀਡੀਓ ਅੱਗੇ ਚਲਾ ਦਿੰਦਾ ਸਕਰੀਨ ਦੇ ਉੱਤੇ ਜਿਹੜੀ ਉਹਨਾਂ ਨੇ ਵੀਡੀਓ ਪਾਈ ਹੈ ਉਹ ਦੇਖ ਲਓ ਅਤੇ ਜਾ ਰਹੇ ਹਾਂ ਉੱਥੇ ਮੈਂ ਅਸੀਂ ਕਿਹਾ ਵੀ ਆ ਜਾਂਦੇ ਤੁਹਾਡੇ ਕੋਲ ਅੱਲਾ ਦੀ ਮਿਹਰਬਾਨੀ ਨਾਲ ਲਾਗੇ ਫਿਰਦੇ ਕਿਹੜੇ ਦੂਰ ਫਿਰਦੇ ਹਾਂ 60 ਕਿਲੋਮੀਟਰ ਆ ਖਿੱਚ ਦਿੰਦੇ ਹਾਂ ਫਿਰ ਗੱਡੀ ਤੁਹਾਡੇ ਵੱਲ ਨੂੰ ਆ ਗੱਡੀ ਚੋਰੀ ਨੇ ਭਜਾ ਰੱਖੀ ਹੈ ਬੈਲਟ ਲਾਇਆ ਵਾ ਇਸ ਬੰਦੇ ਨੇ ਫੁੱਲ ਟਾਈਮ ਮੋਟਰਵੇ 'ਤੇ ਗੱਡੀ ਦੌੜ ਰਹੀ ਹੈ ਜਨਾਬ ਅੱਲਾ ਰੱਖੇ ਖੈਰ ਬਿਲਕੁਲ ਜਨਾਬ ਚੌਕੀ ਦੇ ਸਾਹਮਣੇ ਬਹੁਤ ਵੱਡਾ ਵੇਅਰ ਹਾਊਸ ਆ ਇਹਦੇ ਅੰਦਰ ਐਂਟਰੀ ਅਸੀਂ ਮਾਰਦੇ ਪਏ ਹਾਂ ਅੱਲਾ ਰੱਖੇ ਖੈਰ
ਅੰਦਰ ਦਾ ਬਾਈ ਬਲਾਂ ਮਸ਼ੀਨਾਂ ਆਈਆਂ ਖੜੀਆਂ ਨੇ ਤਾਰਣ ਸਾਹਿਬ ਕਦੀ ਲੈਂਦੇ ਨੇ ਤੇ ਕਦੀ ਚੜ੍ਹਦੇ ਨੇ ਅੱਲਾ ਹੀ ਖੈਰ ਕਰੇ ਇੱਥੇ ਤਾਂ ਹੋਲੈਂਡ ਮਸ਼ੀਨਾਂ ਬੜੀਆਂ ਖੜੀਆਂ ਨੇ ਤੇ ਬੜੇ ਬੜੇ ਕੋਈ ਨਿਜ਼ਾਮ ਨੇ ਚੱਲੇ ਖੜੇ ਰਾਸ਼ਦ ਸਾਹਿਬ ਆਓ ਜ਼ਰਾ ਤੁਹਾਨੂੰ ਵਿਜ਼ਿਟ ਕਰਵਾਈਏ ਜ਼ਰਾ ਬਿਸਮਿਲ੍ਲਾ ਜੀ ਸਲਾਮ ਅਲੈਕਮ ਦੋਸਤੋ ਕੀ ਆ ਤੁਹਾਡਾ ਭਰਾ ਇਜਾਜ਼ਦਾਰ ਜਨਾਬ ਪੰਜਾਬ ਸਰ ਸੰਧੂ ਜਨਾਬ ਟਰੈਕਟਰਾਂ ਦੇ ਟੋਚਰਾਂ ਦਾ ਮਾਸਟਰ ਹਾਜੀ ਅਸਲਮ ਨੂਰਪੁਰ ਰੰਗਾ ਅਸੀਂ ਇੱਥੇ ਆਏ ਹਾਂ ਜਨਾਬੇ ਵਾਲੀ ਹਾਜੀ ਸਾਹਿਬ ਨੇ ਸਾਨੂੰ ਬੁਲਾਇਆ ਜਨਾਬ ਅਸੀਂ ਆਏ ਹਾਂ ਅਤੇ ਯਾਸਰ ਸੰਧੂ ਦੀ ਸਾਡੇ ਫਰਮਾਇਸ਼ ਸੀ ਮੈਨੂੰ ਬੜੀ ਦਫਾ ਇਹਨਾਂ ਆਖਿਆ ਕਿ ਹਾਜੀ ਸਾਹਿਬ ਕੋਲ ਲੈ ਕੇ ਜਾਓ ਗੱਲ ਆਉਂਦੀ ਯਾਸਰ ਸੰਧੂ ਦਾਣੇ ਪਾਣੀ ਪਹਿਲਾਂ ਕੋਈ ਬੰਦਾ ਨਹੀਂ ਆ ਅੱਜ ਦਾਣਾ ਪਾਣਾ ਤੁਹਾਡੇ ਦਾ ਤੁਹਾਨੂੰ ਨਹੀਂ ਸੀ ਪਤਾ ਫਿਰ ਵੀ ਆ ਗਏ ਜੇ ਇਹ ਗੱਲਾਂ ਉੱਤੇ ਲਿਖੀਆਂ ਨੇ ਅੱਜ ਤੁਹਾਨੂੰ ਸ਼ਾਇਬ ਹਾਨੇ ਆ ਸੰਧੂ ਸਾਹਿਬ ਆਓ ਤੁਹਾਡੇ ਫਾਲੋਅਰਾਂ ਨੂੰ ਤੁਹਾਡਾ ਦਿਲ ਬਾਗ ਬਾਗ ਨਾ ਹੋਵੇ ਤੁਹਾਡੇ ਫਾਲੋਅਰਾਂ ਦਾ ਬਾਗ ਬਾਗ ਨਾ ਹੋਵੇ ਅਤੇ ਤੁਸੀਂ ਦੱਸਣਾ ਤੁਸੀਂ ਸ਼ਾਇਬਾਂ ਨਹੀਂ ਵੇਖੀਆਂ ਹੋਣੀਆਂ ਇਸ ਨਾਲ ਦੀਆਂ ਜਨਾਬਾਂ ਪਹਿਲਾਂ ਛੋਟੀ ਸ਼ਾਇਬ ਆਹੀ ਹੈ ਕਿ ਵੱਡੀ ਸਿਰੇ ਸਿਰਾਪੁਰ ਦੀ ਛੋਟੀ ਛੋਟਾ ਪੁਰਦਾ ਚੈੱਕ ਕਰ ਵੀ ਯਾਸਰ ਦਸਪੁਰ ਦਾ ਕਿਵੇਂ ਦਾ ਹਾਏ 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 ਗੱਲ ਕਰ ਦਿਲ ਗਾਡਰ ਗਾਡਰ ਹੋਇਆ ਮੈਂ ਇੰਨਾ ਠੰਡ ਪੈ ਗਈ ਜੀ ਮਾਡਲ ਆਈ ਸਾਹਿਬ ਕਿਹੜਾ 75-76 75-76 ਜੈਨੂਅਨ ਟੋਟਲ ਹੈ ਕੀ ਬਾਤ ਇਹਨੂੰ ਆਂਦੇ ਜੇ ਟਰੈਕਟਰ 2024 ਦਾ ਰੰਗ ਚੈੱਕ ਕਰ ਲਓ ਤੇ 76 ਦਾ ਰੰਗ ਚੈੱਕ ਕਰ ਲਓ ਯਾਸਰ ਭਾਈ 74 ਨੂੰ ਆਇਆ ਰਾਸ਼ਦ ਸਾਹਿਬ ਆਇਆ ਸੀ ਰੰਗ ਤੇ ਇਹਨੂੰ ਨਾਲ ਆਇਆ ਰੇਡੀਅਲ ਟਾਇਰ ਹਾਂਜੀ ਠੀਕ ਹੈ ਤੇ 3 ਸਿਲੰਡਰ ਆਈ ਭਾਈ ਜਾਨ 480 ਨਹੀਂ ਹੈ 45 ਹਾਰਸ ਪਾਵਰ ਹੈ 3 ਸਿਲੰਡਰ 450 ਜੈਨੂਅਨ ਮੀਟਰ ਚਾਲੂ ਹੈ ਜੀ ਚੈੱਕ ਕਰੋ ਜੀ ਕਿਆ ਬਾਤ ਲੋ ਦੋਸਤੋ ਵੀਰੋ ਸੱਜਣੋ ਮਾਸ਼ਾਅੱਲਾ ਯਾਸਰ ਦਾ ਮੋਬਾਈਲ ਸਾਡੇ ਕੋਲ ਹੈ ਅਤੇ ਯਾਸਰ ਜਨਾਬ ਵਾਲੀ ਗਾਰਡਨ ਗਾਰਡਨ ਹੋ ਗਿਆ 2024 ਮਾਡਲ ਮੋਟਰ ਦੇ ਨਾਲ ਜਨਾਬ ਛੋਟੀ ਮੋਟਰ ਚੈੱਕ ਕਰਿਓ ਵਹਾਵੇ ਤਾਂ ਵਹਾ ਬੁੜਿਆ ਮੋਟਰ ਟਰੈਕਟਰ ਵਹਾ ਹਾਏ 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 ਦੂਸਰਾ ਕਰਨਾ ਉਹਨੂੰ ਇੱਥੇ ਕਰ ਦੇਣਾ ਇਟਲੀ ਦੇ ਵਿੱਚ ਜਦੋਂ ਵੀ ਉਹਨਾਂ ਨੇ ਦੇਖ ਲਓ ਉਸ ਵੇਲੇ ਡਬਲ ਲੀਵਰ ਬਣਾਏ ਨੇ ਸਾਨੂੰ ਸਿੰਗਲ ਲੀਵਰ ਭੇਜੇ ਸੀ ਉੱਥੇ ਕੀ ਬਾਤ ਇਧਰ ਯਾਸਰ ਚੈੱਕ ਕਰ ਆਇਨਾ ਇਹ ਵੀ ਜਾਨ ਜਾਨ ਮਾਲ ਦਾ ਚੌਧਰੀ ਸਟicker ਚੈੱਕ ਕਰ ਲੈਟਾਂ ਚੈੱਕ ਕਰ ਪੂਰਾ ਟਰੈਕਟਰ ਮਾਮੇ ਖਾਂ ਐਟ ਮੁਰਾਰ ਚੈੱਕ ਕਰ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਜਿਹੜਾ ਪਾਕਿਸਤਾਨੀਆਂ 240 ਬਣਾਇਆ ਹੈ ਹਾਂ ਉਹ ਵੀ ਬਣਾਇਆ ਹੀ ਹੈ ਨਾ
ਤੇ ਇਹ ਟਰੈਕਟਰ ਚੱਕ ਰਾਈ ਸਾਹਿਬ ਬੰਦੇ 11 ਫਾਲੇ ਹਲ ਪਾ ਲਓ ਤੇ ਗਾਦੀ ਦੇ ਨਾਲ ਛੱਡ ਦਿਓ। ਹਾਏ 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 ਪਰ ਉੱਥੇ ਸਾਡੇ ਕੋਲ ਜਗ੍ਹਾ ਖਾਲੀ ਕੋਈ ਨਹੀਂ ਜਦੋਂ ਵੀ ਇੱਥੇ ਪਾਕਿਸਤਾਨ ਦੇ ਟਰੈਕਟਰ ਬਣਾਏ ਸਿਰਫ ਇਹ ਨਹੀਂ ਲਾਉਂਦੇ, ਉਹ ਘੁੰਮ ਘੁੰਮ ਕੇ ਇੱਥੇ ਉਹ ਲਾਗ ਪੈਂਦੀ ਨਾਲ ਆਹ ਨਿਕਲੇ ਨਾ ਆਹ ਵਾਸਤੇ ਜਦੋਂ ਮਰਜ਼ੀ ਕੱਢ ਲਓ ਇਹਨੇ ਇਸੇ ਤਰ੍ਹਾਂ ਬਾਹਰ ਨਿਕਲ ਜਾਏਗੀ। ਪਹਿਲਾਂ ਤਾਂ ਥੋੜਿਆਂ ਨਾਲ ਕੁੱਟਣੀ ਪੈਂਦੀ ਹੈ ਨਾ ਆਪਣੇ ਜਿਹੜੇ ਬਣਾਉਂਦੇ ਨੇ ਟਰੈਕਟਰ, ਇਹ ਪੱਤਰੀ ਨਹੀਂ ਲਾ ਸਕੇ ਤੇ ਇਹਦਾ ਬੈਂਡ ਸਹੀ ਨਹੀਂ ਬਣਾ ਸਕੇ। ਵਾਹ ਸਾਹਿਬ ਸਾਰਾ ਕੁਝ ਬਿਹਤਰੀਨ ਪ੍ਰੋਪਰ ਜੋੜਿਆ ਇਹਨੂੰ ਜਾ ਪ੍ਰੋਪਰ। ਯਾਸਰ ਭਾਈ ਆਪਣੇ ਜਿਹੜੇ ਉਹਨਾਂ ਦਾ ਰਾਸਤਾ ਕੈਮਰੇ ਫੋਕਸ ਕਰੋ ਜੀ ਇੱਥੇ ਕੋਲ। ਯਾਸਰ ਭਾਈ ਦਿਲ ਗਾਰਡਨ ਗਾਰਡਨ ਹੋ ਗਿਆ, ਹੋ ਗਿਆ ਟਰੈਕਟਰ ਸੋਹਣਾ ਹੈ, ਕੀ ਬਾਤ, ਨਾਟ ਫਾਰ ਸੇਲ ਦੱਸ ਦਿਓ ਭਰਾਵਾਂ ਨੂੰ, ਨਾਟ ਫਾਰ ਸੇਲ ਜੀ। ਕੋਈ ਬੰਦਾ ਰੇਟ ਨਾ ਪੁੱਛੇ ਟਰੈਕਟਰ ਦਾ ਨਾਂ ਵੇਚਣਾ, ਅਜੀ ਸਾਹਿਬ ਦੇ ਸ਼ੌਕ ਦਾ ਮੁੱਲ ਹੈ, ਉਂਝ ਭਾਵੇਂ ਅਸੀਂ ਖੋ ਕੇ ਲੈ ਜਾਈਏ ਉਹ ਵੱਖਰੀ ਗੱਲ ਹੈ, ਇੰਝ ਗੱਲ ਹੈ ਯਾਸਰ ਭਾਈ ਦਿਲ ਕਰਦਾ ਕਿ ਨਹੀਂ ਸੱਚੀ, ਹੈਲੋ ਚੀਜ਼ ਹੀ ਪਿਆਰੀ ਦਿਲ ਕਰਦਾ ਕਿ ਨਹੀਂ ਯਾਰ, ਮੈਂ ਨਾ ਬੁਲਬੁਲ ਦਾ ਬੱਚਾ ਦੇਖੋ ਤੁਸੀਂ ਆਪਸ ਦੀ ਗੱਲ ਹੈ ਅਜੀ ਸਾਹਿਬ ਬਹੁਤ ਲੈ ਰਹੇ ਟਰੈਕਟਰ ਚੈੱਕ ਕਰੋ ਮਾਸ਼ਾਅੱਲਾ, ਇਹਦਾ ਰਿਵਿਊ ਦਿੰਦੇ ਹਾਂ ਮੁਕੰਮਲ ਤੁਹਾਨੂੰ, ਮੈਂ ਪੂਰਾ ਸੈਟਮੈਂਟ ਕਰਕੇ ਤੇ ਇਨਸ਼ਾਅੱਲਾ ਤੁਹਾਨੂੰ ਦਿਖਾਉਣਾ। ਬਾਕੀ ਹੋਲੈਂਡ ਆਈ ਹੈ ਇੱਕ ਨਵੀਂ 0 ਮੀਟਰ ਬ੍ਰੈਂਡ ਨਿਊ, ਠੀਕ ਹੈ ਜੀ, ਅਤੇ ਮਾਲੀਅਤ ਵੀ ਇੱਦਾਂ ਹੀ ਆ ਜਿਵੇਂ ਨਵੀਂ ਹੈ ਇਹ, ਠੀਕ ਹੈ। ਅੱਛਾ ਇੱਧਰ ਹੈ ਹੋਲੈਂਡ ਖੜ੍ਹੀ ਹੈ ਇੱਕ, ਇਹ ਮਸ਼ੀਨਾਂ ਹਾਈ ਸਾਹਿਬ ਲੈ ਕੇ ਆਉਂਦੇ ਬਾਹਰੋਂ, ਅਤੇ ਤਾਰਕ ਸਾਹਿਬ ਦਾ ਤੁਹਾਨੂੰ ਪਤਾ ਮਸ਼ੀਨਾਂ ਦਾ ਜ਼ਰਾ ਹੁੰਦਾ ਸ਼ੌਂਕ ਜ਼ਿਆਦਾ, ਅਤੇ ਬਾ ਇੱਥੇ ਸ਼ੋਰੂਮ ਇਹਨਾਂ ਦਾ ਵਿਜ਼ਿਟ ਕੀਤਾ ਪਾਲੀ ਸਾਈਡ ਦੇ ਅੰਦਰ, ਇਹਨਾਂ ਕੋਲ ਬਹੁਤ ਮਸ਼ੀਨਾਂ ਪਾਲੀ ਸਾਈਡ 'ਤੇ ਖੜ੍ਹੀਆਂ ਪਰਾਂ ਦੂਏ ਦੇ ਵਿੱਚ ਅਵੇਅਰ ਹਾਊਸ ਦੇ ਵਿੱਚ, ਅਤੇ ਮੈਂ ਕਿਹਾ ਵੀ ਤੁਹਾਨੂੰ ਇਹ ਦਿਖਾ ਦਿੰਦਾ ਮਸ਼ੀਨਾਂ ਦੇ ਵਿੱਚ, ਤੁਹਾਡਾ ਤਾਂ ਏਡਾ ਮੇਰੇ ਖਿਆਲ ਇੰਟਰਸਟ ਨਹੀਂ ਹੁੰਦਾ, ਇਸ ਗੱਲੋਂ ਫਿਰ ਤੁਹਾਨੂੰ ਮੋਟਾ ਮੋਟਾ ਇਹ ਨਵਾਂ ਮਾਡਲ ਜਿਹੜਾ ਇਹ ਦਿਖਾ ਦਿੰਦਾ। ਮਿਚਲਨ ਦੇ ਟਾਇਰ ਪਏ ਆ ਰੇਡੀਅਲ ਐਂਡ ਲੈਵਲ ਦੇ ਟਾਇਰ ਆ, ਮਸ਼ੀਨ ਆ ਪੂਰੀ ਬਦਮਾਸ਼ ਮਸ਼ੀਨ ਆ ਪੂਰੀ, ਜਿਹਨੂੰ ਕਹਿੰਦੇ ਹੁੰਦੇ ਬਦਮਾਸ਼, ਹੈਂ ਹੋਲੈਂਡ ਆ ਅਤੇ 474 ਮਾਡਲ ਆ ਅਤੇ ਆਪਣਾ 74 ਹੀ ਆ। ਹਾਂਜੀ ਖਾਓ ਖਾਓ, ਚੌਵੀ ਦਾ ਰਿਜ਼ਲਟ ਚੈੱਕ ਆ, ਫਿਰ ਇਹਨੂੰ ਜਿੱਥੇ ਮਰਜ਼ੀ ਲਈ ਚੱਲ ਆ ਲੈ। ਲਓ ਜੀ ਵਲੌਗ ਦੇ ਵਿੱਚ ਇਹਨੂੰ ਥੋੜ੍ਹਾ ਮੋਟਾ ਮੋਟਾ ਦੇਖ ਲਓ ਟਰੈਕਟਰ ਨੂੰ, ਇਹਦੀ ਮੁਕੰਮਲ ਇਨਫੋਰਮੇਸ਼ਨ ਤੁਹਾਨੂੰ ਮੈਂ ਦੇ ਦਿੰਦਾ। ਪ੍ਰੋਪਰ ਜੈਨੂਇਨ ਟਰੈਕਟਰ ਦੂਜਾ ਆ, ਸੀਏ ਵੀ ਹੈ, ਇਹ ਕੈਪੁਰ ਦਾ ਵੇਅਰ ਹਾਊਸ ਵਿਜ਼ਿਟ ਕਰਦੇ ਹਾਂ ਪਏ ਹਾਂ।
ਕਮਾਲ ਹੀ ਹੋ ਗਈ ਕਟਰਾ ਜੀ। ਗੱਲ ਕਰ ਅਗਲਿਆਂ ਧਰੂ ਧਰਾ ਕੇ ਤਾਰ ਉਣਾ ਤਰ੍ਹਾਂ ਉਹ ਡਾਲੇ ਜਿਹੇ ਸਿੱਟ ਕੇ ਨਹੀਂ ਭੇਜੀ ਵੀ ਉੱਥੇ ਲਾ ਕੇ ਧਰੂ ਕੇ ਖਿੱਚ ਕੇ ਲਾ ਲਿਓ ਕਿਉਂ ਬਈ ਉਹ ਉਹਨਾਂ ਨੇ ਮੈਂ ਕਿਹਾ ਜੀ ਪੇਟੀ ਬਣਾ ਕੇ ਭੇਜੀ ਆ ਵੀ ਉਹਨਾਂ ਨੇ ਤਾਰ ਉਡਾਉਣਾ ਤਰ੍ਹਾਂ ਤਾਰਾਂ ਪਾ ਕੇ ਨਹੀਂ ਭੇਜੀ ਵੀ ਤੂੰ ਖਿੱਚ ਖੁੱਚ ਕੇ ਲਾ ਲਿਓ ਅਸੀਂ ਤੂੰ ਤੁਹਾਨੂੰ ਸਵਾਦ ਆਇਆ ਕਿ ਨਹੀਂ ਗੋਰੇ ਦੀ ਫਿਟਾਂ ਦਾ ਕੀ ਬਾਤ ਹੈ ਹੈ ਇਹਨੂੰ ਆਂਦਾ ਜੇ ਗੋਰਾ ਜਨਾਬ ਕੱਟ ਲੈ ਲੋ ਬੈਲਟ ਲੱਗੇ ਇਹਨੇ ਵਿੱਚ ਹਾਂ ਬੈਲਟ ਲੱਗੇ ਨੇ ਕਿ ਪਿੱਛੇ ਕੱਟੇ ਲੈ ਨਾ ਪੂਰਾ ਕਟਰ ਪੈਕਿੰਗ ਜਨਾਬੇ ਵਾਲੀ ਮਾਸ਼ਾਅੱਲਾ ਮੇਰੇ ਖਿਆਲ ਦੇ ਮੁਤਾਬਕ ਜਨਾਬ ਕੋ 50,000 ਦੀ ਪੈਕਿੰਗ ਆਮਾ ਮੇਡ ਇਨ ਇੰਗਲੈਂਡ ਹੈ ਇਹ ਓਏ ਉਰਾ ਆ ਨਿੱਕੀ ਜਾਈ ਉਹ ਵਕਾ ਓਏ ਰਾਸ਼ਦ ਉਰਾ ਥਾ ਹੋਇਆ ਤੇਰੇ ਲੈਣ ਦੀ ਮਸ਼ੀਨ ਖੜੀ ਆ ਇਹਦਾ ਕੈਬਨ ਬਹੁਤ ਵੱਡਾ ਓਏ ਆਪਾਂ ਛੋਟੇ ਛੋਟੇ ਜਿਹੇ ਤਰੀ ਚੀਜ਼ਾਂ ਇਹਦੇ ਨਾਲ ਕਿਚੀ ਧਰੂਈ ਰੱਖਿਆ ਕਰਾਂਗੇ ਉਰਾ ਪਰਾਂ ਉਹ ਵੀ ਆ ਇੰਡੀਆ ਚੋਂ ਆਈਆਂ ਉਹ ਪਰਾਂ ਉਹ ਆ ਹੋ ਕੀ ਇਹਨਾਂ ਦੇ ਕਹਿੰਦੇ ਭਲਾ ਸੋਦਾ ਆ ਲੋ ਜੀ ਚਾਪਰ ਇਹ ਜਨਾਬ ਇਹ ਮਿਟਸੂਬਿਸ਼ੀ ਦੀ ਆ ਇਹ ਵੀ ਕੋਈ ਲੰਘ ਦੀ ਟੱਪਦੀ ਨਹੀਂ ਹੈਗੀ ਯਾਰ ਆਹ ਕੋਈ ਹਿਸਾਬ ਕਿਤਾਬ ਲਾ ਲਈਏ ਉਹ ਯਾਰ ਵਿੱਚ ਕੈਬਨ ਤਾਂ ਵੇਖੋ ਉਸਤਾਦ ਜੀ ਉਦੋਂ ਵੇਖ ਲਾ ਨਾਲ ਦੇ ਬੰਦੇ ਦਾ ਵੀ ਖਿਆਲ ਰੱਖਦੇ ਸੀਗੇ ਹੁਣ ਮਸ਼ੀਨ ਦੇ ਨਾਲ ਬੰਦਾ ਨਹੀਂ ਬਹਿਣ ਦਿੰਦੇ ਵੀ ਮਸ਼ਵਰਾ ਗਲਤ ਦਿੰਦਾ ਇਹ ਜੀ ਕੋਈ ਪਤਾ ਨਹੀਂ ਚਾਪਰ ਚੂਪਰ ਮਸ਼ੀਨ ਆ ਫਿਰ ਇੱਕ ਸੈਲਜ ਮਸ਼ੀਨ ਆ ਚਾਪਰ ਮਸ਼ੀਨ ਟਾਇਪ ਆ ਕੁਛ ਇਹ ਬਲੋਰ ਲੱਗੇ ਆ ਇਹਨਾਂ ਨੂੰ ਠੀਕ ਹੈ ਪਰ ਹਾਂ ਪਰਕਾਂ ਫੇਜ਼ਨ ਦਾ ਇੰਜਨ ਪਿਆ ਆ ਜਨਰੇਟਰ ਦੇ ਨਾਲ ਇਹ ਕਟਰ ਸ਼ਟਰ ਪਏ ਨੇ ਮਸ਼ੀਨਾਂ ਦੇ ਅਤੇ ਇਹ ਇੱਕ ਹਲੇ ਵੇਅਰ ਹਾਊਸ ਨੇ ਵਿਜ਼ਿਟ ਕਰਾਇਆ ਉੱਧਰ ਪਰਾਂ ਇੱਕ ਹੋਰ ਵੀ ਆ ਇਹਨਾਂ ਦਾ ਇਹ ਭਾਈ ਉਹ ਇਕੱਠਾ ਕਰਨ ਵਾਲੀ ਆ ਆਹ ਜਿਹੜਾ ਘਾਹ ਜਿਹਾ ਇਕੱਠਾ ਕਰਦੀ ਰਾਸ਼ਦ ਇਹ ਮਸ਼ੀਨ ਦੇਖ ਕੇ ਅਸੀਂ ਤੇਰੇ ਹੈ ਮਤਲਬ ਦੀ ਕਿ ਨਹੀਂ ਬਹੁਤ ਛੋਟੀ ਜਿਹੀ ਆ ਨਿੱਕੀਆਂ ਨਿੱਕੀਆਂ ਗਲੀਆਂ ਥਾਣੀ ਆਪਣੀਆਂ ਨੇ ਖੇਤੀ ਉਹ ਏ ਸੀ ਦੀ ਖੈਰ ਆ ਜਿੱਦਾਂ ਇਹਦਾ ਕੇਵਨ ਆ ਨਾ ਇੱਥੇ ਕੂਲਰ ਰੱਖ ਲੈਣਾ ਨਾਲ ਪਾਣੀ ਪੌਦੇ 'ਚ ਪਾ ਛੱਡਿਆ ਕਰਨ ਦੋ ਬਾਲਟੀਆਂ ਨਹੀਂ ਉਹ ਬਣ ਜਾਂਦਾ ਹੁਣ ਪਾਣੀ ਕੂਲਰ ਨਾ ਪਾਣੀ ਡੋਲਣ ਵਾਲਾ ਵੀ ਤੇ ਫਿਰ ਬੰਦੇ ਨੂੰ ਕਹਿ ਲੈ ਵੀ ਭੱਜ ਕੇ ਲੈ ਆਓ ਪਾਣੀ ਅੱਛਾ ਹੈਲੋ ਮਸ਼ੀਨ ਉੱਤੇ ਟਾਇਰਾਂ ਦੇ ਵਜ਼ਨ ਕੋਈ ਨਹੀਂ ਸੀ ਉਹਦੇ ਰਾਸ਼ ਤਾਂਗਾ ਰਿਮ ਪਏ ਮਿਟਸੂਬਿਸ਼ੀ ਦਾ ਇੰਜਣ ਆ ਤਾਰੜ ਸਾਹਿਬ ਤੁਸੀਂ ਤਾਂ ਸਮਝਦੇ ਹੋਣੇ ਇਸ ਇੰਜਣ ਨੂੰ ਮਰਸਡੀਜ਼ ਦਾ ਮਰਸਡੀਜ਼ ਹਾਏ 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 ਮਾਸ਼ਾਅੱਲਾ ਮਲਾਈ ਆ ਮਲਾਈ ਖਾਲੀ ਇੰਜਣ ਹੀ ਦੇਖ ਕੇ ਬੰਦੇ ਦਾ ਦਿਲ ਕਰਦਾ ਵੀ ਲੇਵਲ ਆ ਇੰਜਣ ਦਾ ਪੂਰਾ ਵਾਹ ਗੋਰਾ ਵਾਹ ਗੋਰੇ ਦਾ ਲੇਵਲ ਆ ਭਾਈ ਤਾਰੜਾ
ਆਹ ਟਾਇਰ ਜੀ 85 ਦੇ ਗਲ ਚ ਪਾ ਦੇਈਏ, ਪਹਿਲੇ ਲੋਹ ਦੇ ਵਿੱਚ ਤਾਂ ਗੇੜੂ ਕਿ ਨਹੀਂ ਗੇੜਦਾ, ਪਹਿਲੇ ਲੋਹ ਦੇ ਵਿੱਚ ਹੈ ਗੇੜੇਦਾ, ਪਰ ਗੇੜਨ ਤੋਂ ਪਹਿਲਾਂ ਅਗੂ ਉੱਠ ਕੇ ਪਿਛਾ ਜੋ ਟੁਰ ਜੇਦਾ। ਅੱਛਾ ਹਾਂ, ਇਹ ਜਿਹੜਾ ਗੇੜਾ ਕਿਵੇਂ ਦਊਗਾ ਜੰਦਾ ਨੂੰ ਤੁਰ ਜਾਏਗਾ। ਚਲ ਸਾਹਿਬ ਹਾਂ, ਆਪਾਂ ਇਹ ਸਾਰੀ ਮਸ਼ੀਨਰੀ ਦੇਖ ਕੇ ਨਾ ਗੋਰੇ ਵਾਲੇ, ਹਾਂ ਉਹ ਕੀ ਆ ਅਸੀਂ ਤਾਂ ਜੁਗਾੜੀ ਲੋਕ ਆ, ਜੁਗਾੜੀ। ਲੋ ਜੀ ਦੋਸਤੋ, ਅੱਲਾ ਰੱਖੇ ਖੈਰ, ਅਸੀਂ ਹੁਣ ਇੱਥੋਂ ਉਹਨਾਂ ਦੇ ਵੇਅਰ ਹਾਊਸ ਚੋਂ ਨਿਕਲੇ ਆ। ਪਾਲੀ ਸਾਈਡ ਤੇ ਦੂਸਰਾ ਵੇਅਰ ਹਾਊਸ ਵੀ ਸੀਗਾ, ਲੇਕਿਨ ਹੈ ਸਾਰੀਆਂ ਮਸ਼ੀਨਾਂ ਸੀ, ਮਸ਼ੀਨਾਂ ਦੀ ਆਪਣੀ ਫੀਲਡ ਹੀ ਐਡੀ ਨਹੀਂ ਗੀ, ਉਹ ਤੁਹਾਨੂੰ ਦਿਖਾਉਣ ਦਾ ਜਾਂ ਦੇਖਣ ਦਾ ਫਾਇਦਾ ਕੋਈ ਨਹੀਂ, ਨਾ ਤੁਸੀਂ ਲੈਣੀਆਂ ਨਾ ਆਪਾਂ ਲੈਣੀਆਂ, ਅਤੇ ਉਹ ਫਿਰ ਉਹਨੂੰ ਪੈਂਡਿੰਗ ਰੱਖਿਆ। ਇੱਧਰਲੀ ਸਾਈਡ ਵੀ ਤੁਹਾਨੂੰ ਤਾਂ ਹੀ ਦਿਖਾਈ ਆ ਵੀ ਇੱਧਰ ਕਟਰ ਪਿਆ ਸੀ ਨਵੀਂ ਮਸ਼ੀਨ ਦਾ, ਉਹ ਦੇਖਣਾ ਸੀ ਬਸ, ਬਾਕੀ ਓਕੇ ਪ੍ਰੋਗਰਾਮ ਆ। ਅੱਛਾ ਵੀ ਇਹਨਾਂ ਜ਼ਬਰਦਸਤ ਲੋਕ ਨੇ ਅਤੇ ਅੱਛੀ ਸਿਟਿੰਗ ਹੋਈ ਆ, ਅੱਧਾ ਘੰਟਾ ਘੰਟਾ ਡੇਢ ਅਸੀਂ ਬੈਠੇ ਹਾਂ। 640 ਦੇ ਫੀਟ ਦੀ ਮੈਂ ਇੱਕ ਵੀਡੀਓ ਤੁਹਾਡੇ ਵਾਸਤੇ ਬਣਾ ਲਈ ਹੈ, ਕਰੀਬ ਕਰੀਬ ਤੋਂ ਥੋੜ੍ਹਾ ਥੋੜ੍ਹਾ ਕਰਕੇ ਟਰੈਕਟਰ ਦਿਖਾ ਦਿੱਤਾ ਹੈ, ਉਹ ਤੁਸੀਂ ਦੇਖ ਲੈਣਾ ਅਤੇ ਤੁਹਾਡਾ ਸ਼ੌਕ ਵੀ ਪੂਰਾ ਹੋ ਜਾਏਗਾ। ਮੇਰਾ ਵੀ ਸਾਡੇ ਸੀ ਵੀ ਆਪਣਾ ਦੇਖ ਕੇ ਸ਼ੌਕ ਪੂਰਾ ਕਰ ਲਿਆ। ਬਾਕੀ ਇੱਕ ਦੋ ਟਰੈਕਟਰ ਪੈਂਡਿੰਗ 'ਚ ਖੜੇ ਸੀਗੇ ਜਿਹੜੇ ਅੱਧੇ ਅਧੂਰੇ ਬਣੇ ਖੜੇ ਸੀ, ਉਹਨਾਂ ਦੀ ਵੀਡੀਓ ਅਸੀਂ ਬਣਾਈ ਨਹੀਂ, ਅੰਜਣ ਤਾਂ ਜੁੜੇ ਕੋਈ ਨਹੀਂ, ਉਹ ਟੋਟਿਆਂ 'ਚ ਪਏ ਸੀਗੇ ਅਤੇ ਤਾਂਗਾ ਟਾਇਰਾਂ ਵਾਲੇ ਜਿਹੜੇ ਟਰੈਕਟਰ ਆਉਂਦੇ ਨਾ, ਮੈਂ ਕੋਸ਼ਿਸ਼ ਕਰਾਂਗਾ ਫੋਟੋ ਡਾਊਨਲੋਡ ਕਰਕੇ ਇਹਦੇ ਵਿੱਚ ਲਾ ਦਿਆਂਗਾ। ਉਹ ਮਾਡਲ ਬਹੁਤ ਸਾਰੇ ਦੋਸਤ ਤੁਹਾਡੇ ਮੈਨੂੰ ਸ਼ੇਅਰ ਵੀ ਕਰਦੇ ਨੇ ਅਤੇ ਵੀ ਸਿੰਘ ਸਾਹਿਬ ਮੈਂ ਮਖਾਉਣਾ ਬਾਹਰੋਂ, ਉਹ ਆਲਰੇਡੀ ਉਹੀ ਮਾਡਲ ਇਹਨਾਂ ਕੋਲ ਆਏ ਖੜੇ ਨੇ ਤਾਂਗੇ ਮਾਡਲ ਦੇ ਵਿੱਚ, ਅਤੇ ਉਦੋਂ ਇਹਨਾਂ ਨੂੰ ਟਰੈਕਟਰਾਂ ਨੂੰ ਥੱਲੇ ਰੰਗ ਆਏ ਸੀਗੇ, ਆਰਮੀ ਗ੍ਰੀਨ ਆਏ ਸੀ ਥੱਲੇ, ਜਿਹੜਾ ਬਲੂ ਹਲਕਾ ਲਾਈਟ ਬਲੂ ਜਿਹਾ, ਉੱਤੇ ਇਹਨਾਂ ਦੇ ਰੰਗ ਇਹ ਬਿਲੂ ਔਰੇਂਜ ਹੀ ਸੀਗੇ। ਫੀਟ ਮਾਡਲ ਇਹੀ ਸੀਗਾ, ਉਹੀ ਰੰਗ ਜਿਹੜਾ ਆਪਣੇ ਪਾਕਿਸਤਾਨ ਦੇ ਵਿੱਚ ਚੱਲਦਾ ਪਿਆ, ਬਾਅਦ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਮਰਜ ਹੋ ਗਿਆ ਇਹ। ਹਾਲਾਂਕਿ ਨਿਊਜ਼ੀਲੈਂਡ ਦਾ ਰੰਗ ਜਿਹੜਾ ਪਾਕਿਸਤਾਨ 'ਚ ਆਪਣੇ ਇਹ ਆ ਰਿਹਾ ਇਹ ਨਹੀਂ ਗਾ, ਨਿਊਜ਼ੀਲੈਂਡ ਦਾ ਅਸਲ ਰੰਗ ਬਿਲੂ ਹੀ ਆ, ਅਤੇ ਉਹ ਸਾਨੂੰ ਤਾਂ ਖੈਰ ਰੰਗ ਵੀ ਨਾ ਮਿਲ ਸਕਿਆ, ਟਰੈਕਟਰ ਤਾਂ ਸਾਨੂੰ ਕੀ ਮਿਲਣੇ ਸੀ ਨਿਊਜ਼ੀਲੈਂਡ ਦੇ। ਅੱਛਾ 640 ਜਿਹੜਾ ਉਹਨੂੰ ਦੇਖ ਕੇ ਦੱਸਣਾ ਵਾ ਕਮੈਂਟ ਬਾਕਸ 'ਚ ਵੀ ਉਹਦਾ ਰੰਗ ਜੈਨੂਇਨ ਆ ਜਾਂ ਦੁਬਾਰਾ ਪੇਂਟ ਜਾਂ ਦੁਬਾਰਾ ਹੋਇਆ, ਉਹ ਦੱਸ ਦੇਣਾ ਦੋਸਤ, ਅਤੇ ਇਹ ਲਾਜ਼ਮੀ ਦੱਸਣਾ, ਹਾਂ ਇਹ ਜ਼ਰੂਰ ਕਮੈਂਟ ਕਰਨਾ ਜੀ। ਹਾਂਜੀ ਗੱਲ ਇਹ ਆ ਜੀ ਕਿ ਭਾਈ ਮੁਮਤਾਜ਼ ਸਾਹਿਬ ਜਿਹਨਾਂ ਕੋਲ ਆਪਾਂ ਗਏ ਹਾਂ, ਮੈਨੂੰ ਯਾਦ ਆ ਗਿਆ ਯਾਰ, ਮੇਰੇ ਮੁੜ ਕੇ ਜ਼ਿਹਨ 'ਚ ਨਿਕਲ ਜਾਣਾ ਵਲੌਗ ਰੋਜ਼ਾਨਾ ਇਹਦੇ ਦੀ। ਭਾਈ ਮੁਮਤਾਜ਼ ਸਾਹਿਬ ਦਾ ਇੱਕ ਚੈਨਲ ਆ ਜੀ ਯੂਟਿਊਬ ਦਾ, ਉਹਨਾਂ ਨੇ ਬਣਾਇਆ ਹੋਇਆ ਵਾ, ਉਹਦੇ ਉੱਤੇ ਉਹ ਵੈਸੇ ਹੀ ਰੂਟੀਨ ਦਾ ਆਪਣਾ ਕੋਈ ਨਾ ਕੋਈ ਵੀਡੀਓ ਅਤੇ ਗੱਪਸ਼ੱਪ ਆਪਣੇ ਇਲਾਕੇ ਦੀ ਸ਼ੇਅਰ ਕਰਦੇ ਰਹਿੰਦੇ ਨੇ, ਅਤੇ ਉਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਗਿਆਂਗਾ, ਅਤੇ ਦੋਸਤ ਉਹਨੂੰ ਜਾ ਕੇ ਨਾ ਜੀ ਐਵੇਂ ਸਬਸਕ੍ਰਾਈਬ ਮਾਰ ਦੇਣਾ ਕਿ ਮੁਮਤਾਜ਼ ਭਾਈ ਨੂੰ ਪਤਾ ਚੱਲੇ ਕਿ ਅਸੀਂ ਸਬਸਕ੍ਰਾਈਬ ਹੋ ਗਿਆ ਚੈਨਲ। ਅਤੇ ਦੂਸਰਾ ਜਨਾਬ ਨਾਲ ਲੱਗਦਾ ਮੈਂ ਦੱਸਦਾ ਜਾਵਾਂ ਕਿ ਬਹੁਤ ਹੀ ਪਿਆਰੇ ਵੀਰ ਨੇ ਜੁਨੇਦ ਭਾਈ ਰਿਮਯਾਰ ਖਾਨ ਤੋਂ ਨੇ, ਉਹਨਾਂ ਦਾ ਇੱਕ ਚੈਨਲ ਹੈ, ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਲਾ ਦਿਆਂਗਾ, ਇਹਨਾਂ ਦੋਨਾਂ ਚੈਨਲਾਂ ਦੇ ਲਿੰਕ 'ਤੇ ਕਲਿੱਕ ਕਰਕੇ ਅਤੇ ਸਬਸਕ੍ਰਾਈਬ ਮਾਰ ਦੇਣਾ ਮੁੰਡਿਆਂ ਨੂੰ, ਭਾਵੇਂ ਤੁਸੀਂ ਦੇਖੋ ਜਾਂ ਨਾ ਦੇਖੋ ਲੇਕਿਨ ਸਬਸਕ੍ਰਾਈਬ ਮਾਰ ਦੇਣਾ, ਮੁੰਡੇ ਕੀ ਯਾਦ ਕਰੋਗੇ। ਇਹ ਇੱਕ ਰਾਸ਼ਦ ਦਾ ਚੈਨਲ ਵੀ ਆ, ਰਾਸ਼ਦ ਦਾ ਚੈਨਲ ਵੀ ਆ, ਮੈਂ ਹਾਸੇ ਤੋਂ ਅੰਦਾਜ਼ਾ ਲਾਇਆ ਵੀ ਇਹਦਾ ਵੀ ਇੱਕ ਚੈਨਲ, ਹੁਣ ਆਪਾਂ ਇਹਦੇ ਚੈਨਲ ਦਾ ਵੀ ਲਿੰਕ ਥੱਲੇ ਲਾ ਦੇਣਾ, ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਦੇਣਾ, ਐਵੇਂ ਹੀ ਕਰ ਦੇਣਾ, ਤੁਹਾਡੇ 5-5 ਮਿੰਟ ਲੱਗਣੇ ਆ, ਅਤੇ ਜਿਹੜੇ ਮੇਰੇ ਭਰਾ ਪੱਕੇ ਵਿਊਵਰ ਆ ਨਾ, ਉਹ ਇਹਨਾਂ ਤਿੰਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇੱਕ ਵਾਰੀ ਕਰ ਦਿਓ ਮੁੜ ਕੇ ਕੋਈ 6 ਮਹੀਨਿਆਂ ਬਾਅਦ ਭਾਵੇਂ ਵਾਪਸ ਲੈ ਲਿਆ ਜੀ, ਇੱਕ ਵਾਰੀ ਸਬਸਕ੍ਰਾਈਬ ਕਰ ਲਓ। ਪਾਕਿਸਤਾਨ ਟਰੈਕਟਰ ਜ਼ੂਨ ਇਹਨਾਂ ਦਾ ਚੈਨਲ ਹੈ ਜੀ, ਉਹ ਦੱਸ ਰਹੇ ਨੇ। ਨਵਾਂ ਜੀ ਅਸੀਂ ਬਹਾਵਲਪੁਰ ਨਿਕਲਾਂਗੇ, ਅਤੇ ਬਹਾਵਲਪੁਰ ਤੋਂ ਜਿਹੜਾ ਆ ਇਨਸ਼ਾਅੱਲਾ ਤਾਲਾ ਉਹ ਅਸਾਂ ਨਿਕਲਾਂਗੇ ਜਨਾਬ ਹਾਸਲਪੁਰ ਦੀ ਤਰਫ, ਅਤੇ ਹਾਸਲਪੁਰੋਂ ਜਨਾਬ ਅੱਗੇ ਅਸੀਂ ਨਿਕਲਾਂਗੇ ਵਿਹਾੜੀ ਦੀ ਤਰਫ, ਰੱਤਾ ਟਿੱਬਾ ਦੀ ਤਰਫ।
ਆਹੋ ਜੀ ਮੇਨ ਤੇ ਆਉਂਦੇ ਪਏ ਸਾਡੇ ਗੱਡੀ ਦੀ ਜਨਾਬ ਬੱਤੀ ਬਲ ਗਈ ਹੈ, ਜਿਹੜਾ ਸਵੇਰੇ ਟੈਂਕ ਫੁੱਲ ਕਰਵਾਇਆ ਸੀਗਾ ਇੱਥੋਂ ਉਹ ਟੈਂਕ ਪੀ ਗਈ ਹੈ ਜਨਾਬ, ਅਤੇ ਹੁਣ ਇੱਥੋਂ ਪੈਟਰੋਲ ਪਵਾਉਂਦੇ ਪਏ ਹਾਂ, ਹਾਲੇ ਬਾਬਲਪੁਰ ਰੋਡ 'ਤੇ ਹੀ ਹਾਂ, ਹਾਸਲਪੁਰ ਦੀ ਤਰਫ ਰਵਾਂ ਦਵਾਂ ਜੀ। ਹਾਸਲਪੁਰ ਪਹੁੰਚ ਗਏ ਹਾਂ ਅਤੇ ਰਾਸ਼ਦ ਸਾਹਿਬ ਦਾ ਜਨਾਬ ਕੁਝ ਆਈਸਕ੍ਰੀਮ ਕੁਝ ਖਾਣ ਨੂੰ ਦਿਲ ਕਰ ਰਿਹਾ ਸੀਗਾ ਅਤੇ ਉਹ ਜਨਾਬ ਇੱਥੇ ਢਾਬੇ 'ਤੇ ਗਏ ਆ, ਮੈਨੂੰ ਲੱਗਦਾ ਉੱਥੋਂ ਲੱਭੀ ਨਹੀਂ, ਪਿੱਛਾਂ ਆਈ ਜਾਂਦੇ। ਲਓ ਜੀ ਰਾਸ਼ਦ ਸਾਹਿਬ ਬਿਸਕੁਟ ਵਾਲੀ ਆਈਸਕ੍ਰੀਮ ਲੈ ਕੇ ਆ ਗਏ ਜਨਾਬ। ਹੋਇਆ ਵਿੱਚ ਇੱਕ ਪਊਆ ਜਿਹਾ ਦਿੱਤਾ, ਇਹਨੂੰ ਕੀ ਕਹਿੰਦੇ ਹੁੰਦੇ ਖੜੋਂਚਾ ਜਿਹਾ ਜਿਹੜਾ ਮਿੱਟੀ ਪੱਟਣ ਵਾਲਾ ਹੈ। ਲਓ ਜੀ ਸਾਡੇ ਡਰਾਈਵਰ ਦੀ ਬੱਤੀ ਗੁੱਲ ਹੋ ਗਈ ਹੈ, ਉਹ ਕਹਿੰਦਾ ਜੀ ਤੁਸੀਂ ਚਲਾਓ, ਤਾਂ ਮੇਰੇ ਕੋਈ ਨਹੀਂ ਹਿੰਮਤ ਕੋਈ ਨਹੀਂ, ਬਾਹਰ ਦੀ ਮੈਂ ਆਵਾਂ, ਮੈਂ ਇੱਥੋਂ ਵੜ ਜਾਣਾ ਵਿੱਚ ਇਹਦੇ, ਤੇਰੀਆਂ ਲੱਤਾਂ ਤਾਂ ਨਾ ਹੋਈਆਂ, ਇੱਕ ਇਨਸਾਨ ਦੀਆਂ ਲੱਤਾਂ ਇੰਨੀਆਂ ਲੰਮੀਆਂ ਨਹੀਂ ਹੁੰਦੀਆਂ ਜਿੰਨੀਆਂ ਲੰਮੀਆਂ ਤੇਰੀਆਂ। ਹੁਣ ਕੀ ਪੁਲਿਸਾਂ ਪੈ ਗਈਆਂ ਉੱਥੇ, ਕੌਣ ਪਕੜਿਆ ਗਿਆ ਹੈ, ਕਿਹਦਾ ਫੋਨ ਸੀਗਾ, ਚੱਕ ਲਿਆ ਉਹਨਾਂ ਨੇ, ਪੁੱਛਦੇ ਆ ਵੀ ਉਹ ਕਹਿੰਦਾ ਉੱਥੇ ਕੋਈ ਜੱਪ ਛੱਪ ਹੋਈ ਖੜੀ ਪੁੱਛ ਕੇ ਇਹ ਬਹਿਲਾ ਫਿਰਦੀ ਹੈ। ਲਓ ਜੀ ਇਹ ਜਨਾਬ ਰਾਸ਼ਦ ਨੂੰ ਪਹੁੰਚਾ ਦਿੱਤਾ ਜਨਾਬ ਟਾਈਮ ਨਾਲ ਘਰ, ਟਾਈਮੋ ਟਾਈਮ ਦਿਨ ਖੜੇ ਇਹ ਤਾਂ ਆਇਓ ਹੁਣ ਖਾਣਾ ਹੋਈ ਬਾਜੀ ਅੱਲਾ ਦੇ ਹਵਾਲੇ, ਬਹੁਤ ਸ਼ੁਕਰੀਆ, ਖਾਣਾ ਹੋ ਗਿਆ। ਇਹ ਬਹਿਲਾ ਥੱਲੇ ਆਊਗਾ ਕਿ ਚਲੋ ਠੀਕ ਹੈ, ਅੱਲਾ ਖੈਰ ਕਰੇ, ਖਾਣਾ ਨਹੀਂ ਖਾਂਦੇ ਜੀ, ਨਹੀਂ ਕੋਈ ਨਹੀਂ ਜੀ, ਅੱਲਾ ਖੈਰ ਕਰੇ ਜੀ, ਮਿਹਰਬਾਨੀ, ਠੀਕ ਹੈ ਜਨਾਬ। ਮੀਟਰ ਵੀ 332 432 450 ਕਿਲੋਮੀਟਰ ਜਨਾਬ ਤਕਰੀਬਨ ਸਫ਼ਰ ਬਣ ਜਾਣਾ ਮੇਰੇ ਘਰ ਜਾਂਦਿਆਂ ਤਾਂ, ਜਿਹੜਾ ਅੱਜ ਦੀ ਡੇਟ ਅਸੀਂ ਕਰਕੇ ਅਤੇ ਘਰ ਪਹੁੰਚੇ ਹਾਂ। ਰਾਹ ਦੇ ਵਿੱਚ ਸਦੂਕੀ ਮਹਿਰਾਨ ਵਾਲੇ ਨੇ ਪੇਚਾ ਪੈ ਗਿਆ 800 cc ਨਾਲ, ਦੋ ਵਾਰੀ ਜਨਾਬ ਉਹਨੇ ਬੜਾ ਪਿੱਛੋਂ ਲਾਈਟਾਂ ਦੇ ਕਦੀ ਹਾਰਨ ਦੇ, ਜਾਣ ਕੇ ਸ਼ਰਾਰਤਾਂ ਕਰਦਾ ਸੀ। ਮੈਂ ਫਿਰ ਰਾਸ਼ਦ ਨੂੰ ਕਿਹਾ, ਮੈਂ ਕਿਹਾ ਜਰਾ ਸੀਟ ਨੂੰ ਘੁੱਟ ਕੇ ਫੜ ਲਿਆ, AC ਵੀ ਚੱਲਦਾ ਰਹਿਣ ਦਿੱਤਾ, ਅਤੇ ਚੌਥੇ ਲੋਅ ਦੇ ਵਿੱਚ ਟਪਾਇਆ ਇਹਨੂੰ 120 ਤੋਂ, ਚੌਥੇ ਲੋਅ ਚੌਥੇ ਹਾਈ ਦੇ ਵਿੱਚ, ਅਤੇ 120 ਕ੍ਰਾਸ ਜਾਂ ਇਹਨੇ ਕੀਤਾ ਅਤੇ ਮੈਂ ਪੰਜਵਾਂ ਪਾ ਦਿੱਤਾ, ਅਤੇ ਬੇਲੀ ਪਿੱਛੇ ਨਜ਼ਰ ਹੀ ਨਹੀਂ ਆਇਆ, ਦੁਬਾਰਾ ਫਿਰ ਮੈਂ ਸਲੋਅ ਕੀਤੀ, ਫਿਰ ਆ ਗਿਆ, ਦੁਬਾਰਾ ਫਿਰ ਇੱਦਾਂ ਹੀ ਕੀਤੀ, ਉਹਦੀ ਤਬੀਅਤ ਠੀਕ ਕਰ ਦਿੱਤੀ। ਉਹਨੇ ਕਿਹਾ ਹੋਣਾ ਵੀ ਮੇਰੇ ਕੋਲ ਖਰੇ 800 cc ਹੈ, ਅਤੇ ਇਹ ਪਿਆਰੀ ਆਲਟੋ ਹੈ 660 cc, ਇਹਨੂੰ ਮੈਂ ਧੋ ਦਿਆਂਗਾ। ਉਹਨੂੰ ਇਹ ਨਹੀਂ ਪਤਾ ਕਿ ਇਸ ਕੇ ਸਾਥ ਪੰਗਾ ਇਸ ਨਾਟ ਚੰਗਾ, ਹਾਮ ਸ਼ਰੀਫੋਂ ਕੋ ਮਤ ਛੇੜੋ। ਲਓ ਜੀ ਅਲਹਮਦੁਲਿਲਾ ਘਰ ਪਹੁੰਚ ਗਏ ਹਾਂ, ਆਖਰੀ ਬੋਲ ਸੁਣੋ। ਹਮਨੇ ਕਿਸੇ ਕੋ ਯੂੰ ਮੁਖਤਸਰ ਕਰ ਲਿਆ।